ਬਾਈ ਦਾ ਰਾਤ ਵੱਡੀ ਰਾਤ ਹੀ ਆਇਆ ਇਹਦਾ ਰੋਲਰ ਜਿਹਾ ਲੱਦਿਆ ਵਾ ਸੀਗਾ ਤੇ ਟਾਈਮ ਇਹਨਾਂ ਨੂੰ ਕਹਿੰਦੇ ਆ ਬਾਈ ਪ੍ਰੋ ਡਰਾਈਵਰ ਆਹ ਬਾਈ ਲੈ ਕੇ ਆਉਂਦਾ ਕਣਕ ਬੀਜਣ ਵਾਲੀ ਮਸ਼ੀਨ ਤੇ ਬਾਈ ਦੇ ਖਾਸੇ ਟਾਇਰ ਆ ਟ੍ਰੇਲਰ ਦੇ ਵੱਡਾ ਭਾਰਾ ਪ੍ਰੋਜੈਕਟ ਹੀ ਬਾਈ ਬਹੁਤ ਲੱਦੀ ਫਿਰਦਾ ਤੇ ਆਪਾਂ ਬਾਬੇ ਜਿਹੜੇ ਜ਼ਿਆਦਾ ਡਿਲੀਵਰੀਆਂ ਵਾਲੇ ਟ੍ਰੇਲਰ ਹੁੰਦੇ ਨਾ ਅਸਲ ਮੈਂ ਉਹ ਹੁੰਦੇ ਆ ਜਿਵੇਂ ਡੋਗ 'ਤੇ ਆਪਾਂ ਬੈਕ ਕਰਤਾ ਜਿਵੇਂ ਆਪਣਾ ਸ਼ਟਰ ਨਹੀਂ ਚੱਕਿਆ ਜਾਂਦਾ ਇੰਡੀਆ ਦੇ ਲਾ ਵੀ ਝੋਟੇ ਨੂੰ ਵੀ ਕਹਿੰਦੇ ਨਾਸ਼ਤਾ ਕਰਾ ਦਈਏ ਕਿਹੜਾ ਰੋਟੀ ਪਾਣੀ ਖਵਾਇਆ ਹੋਵੇ ਨਾ ਇਹਨੂੰ ਬੇਫਿਕਰੀ ਹੋ ਜਾਂਦੀ ਆ ਸਵਾਗਤ ਆ ਦੋਸਤੋ ਤੁਹਾਡਾ ਅਗਲੇ ਦਿਨ ਅਤੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅਤੇ ਰਾਤ ਬਾਬੇ ਆਪਾਂ ਇੱਥੇ ਰੁਕੇ ਸੀਗੇ ਅਤੇ ਇੱਥੋਂ ਹੀ ਆਪਾਂ ਦੁਬਾਰਾ ਬਲੌਗ ਸਟਾਰਟ ਕਰਨ ਲੱਗੇ ਹਾਂ ਅਤੇ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਬਾਈ ਜਲਦੀ ਜਲਦੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਦਿਆਂਗੇ ਆਪਣੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅਤੇ ਆ ਜਾਓ ਕਰਦੇ ਹਾਂ ਇੱਥੋਂ ਬਲੌਗ ਸਟਾਰਟ ਅਤੇ ਬਣੇ ਰਹੋ ਬਾਈ ਜੀ ਬਲੌਗ ਦੇ ਜੇ ਬਾਬੇ ਉਹ ਗੱਲ ਕਰੀਏ ਆਪਾਂ ਕਿਹੜੇ ਗੈਸ ਸਟੇਸ਼ਨ 'ਤੇ ਖੜ੍ਹੇ ਹਾਂ ਗੈਸ ਸਟੇਸ਼ਨ ਹੈਗਾ ਜੀ ਇਹ ਪੈਟਰੋ ਪਾਸ ਉਹ ਸਾਹਮਣੇ ਪੰਪ ਲੱਗੇ ਹੋਏ ਆ ਅਤੇ ਛੋਟਾ ਜਿਹਾ ਪੰਪ ਹੈਗਾ ਸ਼ਾਵਰ ਸ਼ੂਵਰ ਵੀ ਹੈਗੇ ਇੱਧਰਲੇ ਪਾਸੇ ਅਤੇ ਮੈਂ ਸ਼ਾਵਰ ਲੈ ਕੇ ਆਇਆ ਸੀਗਾ ਅਤੇ ਇੱਦਾਂ ਦਾ ਪੰਪ ਹੈਗਾ ਨਾਲ ਆਪਣਾ ਬਾਈ ਆਹ ਖੜ੍ਹਾ ਇਹਦਾ ਬਾਈ ਦਾ ਰਾਤ ਵੱਡੀ ਰਾਤ ਹੀ ਆਇਆ ਇਹਦਾ ਰੋਲਰ ਜਿਹਾ ਲੱਦਿਆ ਵਾ ਸੀਗਾ ਅਤੇ ਟਾਈਮ ਹੋ ਗਿਆ ਬਾਬੇ ਤੜਕੇ ਦੇ ਵੱਜ ਗਿਆ ਜੀ ਸਰੀ ਦੇ ਵਿੱਚ ਵੱਜਿਆ 6 ਅਤੇ ਮੇਰੇ ਕੋਲ ਵੱਜਿਆ 7 ਮੈਂ ਖੜ੍ਹਾ ਸਵਿਫਟ ਕਰੰਟ ਇਦੂ ਬਾਅਦ ਆਪਾਂ ਨੂੰ ਸਕੈਚ 1 ਪ੍ਰੋਵੈਂਸ ਸਟਾਰਟ ਹੋ ਜਾਣੀ ਆ ਅਤੇ ਹਜੇ ਮੈਨੂੰ ਲੱਗਦਾ ਵੀ ਨਹੀਂ ਪਰ ਇਹ ਸਵਿਫਟ ਕਰੰਟ ਜਿਹੜਾ ਮੈਨੂੰ ਲੱਗਦਾ ਸਕੈਚ 1 'ਚ ਹੀ ਪੈ ਜਾਂਦਾ ਅਤੇ ਇਦੂ ਬਾਅਦ ਫਿਰ ਬਿਨੀ ਪੈਗ ਤੱਕ ਜਾਂਦਿਆਂ ਜਾਂਦਿਆਂ ਨੂੰ ਆਪਾਂ ਨੂੰ ਟਾਈਮ ਦਾ ਫਰਕ ਪੈ ਜਾਣਾ 2 ਘੰਟੇ ਦਾ ਫਰਕ ਪੈ ਜਾਣਾ ਆਪਾਂ ਨੂੰ ਅਤੇ ਹੁਣ ਆਪਣੀਆਂ ਅੱਜ ਦੀਆਂ ਡਿਲੀਵਰੀਆਂ ਹੈਗੀਆਂ 2 ਡਿਲੀਵਰੀਆਂ ਹੈਗੀਆਂ ਆਪਣੀਆਂ ਅਤੇ ਬਾਕੀ ਦੇਖਦੇ ਹਾਂ ਕਿੰਨੇ ਕੁ ਵਜੇ ਤੱਕ ਲੈਂਦੀਆਂ ਹੈਗੀਆਂ ਮੈਂ ਮਾੜਾ ਚੈੱਕ ਕਰਦਾ ਸੀ ਵੀ ਕਿਹੜੇ 'ਚ ਪੈਂਦਾ ਯਾਰ ਮੈਂ ਵੀ ਡਾਊਟ ਫੁੱਲ ਹੋ ਗਿਆ ਵੀ ਸਕੈਚ 1 'ਚ ਪੈਂਦਾ ਜਾਂ ਕਿੱਥੇ ਪੈਂਦਾ ਇਹ ਪੈਂਦਾ ਬਾਈ ਸਕੈਚ 1 'ਚ ਹੀ ਪੈਂਦਾ ਅਲਵਾਟਾ ਟੱਪੇ ਆਪਾਂ ਸਕੈਚ 1 'ਚ ਆ ਗਏ ਇਦੂ ਬਾਅਦ ਪੈਣਾ ਆਪਾਂ ਨੂੰ ਮਨੀ ਟੋਬਾ ਅਤੇ ਆਹ ਦੇਖੋ ਸਟੂਡੈਂਟ ਲਿਖਿਆ ਨਾ ਸਟੂਡੈਂਟ ਡਰਾਈਵਰ ਇਹ ਕਿਸੇ ਦਾ ਟ੍ਰੇਲਰ ਲਾਇਆ ਕਾਰਾਂ ਲੱਦਣ ਵਾਲਾ ਜਿਹੜੇ ਟ੍ਰੇਨਿੰਗ ਦਿੰਦੇ ਆ ਅਤੇ ਚਲੋ ਬਹੁਤੀਆਂ ਗੱਲਾਂ ਬਾਤਾਂ ਨਾ ਕਰੀਏ ਟ੍ਰਿਪ ਨੂੰ ਕਰੀਏ ਸਟਾਰਟ ਕਿਉਂਕਿ 9 ਵਜੇ ਆਪਣੀ ਡਿਲੀਵਰੀ ਹੈਗੀ ਆ ਅਤੇ ਦੇਖੋ ਜੀ ਪੀ ਐੱਸ ਦੇ ਹਿਸਾਬ ਨਾਲ ਆਪਾਂ 8:58 'ਤੇ ਪਹੁੰਚਦੇ ਹਾਂ ਅਤੇ 9:55 ਆਪਾਂ ਹੋਈ ਜਾਣੇ ਖਿੱਚ ਕੇ ਜੇ ਆਪਾਂ ਗਏ ਅਤੇ ਆ ਜਾਓ ਬਾਬਿਓ ਕਰਦੇ ਹਾਂ ਫਿਰ ਟ੍ਰਿਪ ਨੂੰ ਸਟਾਰਟ ਬਾਬੇ ਦਾ ਨਾਂ ਲੈ ਕੇ ਵੈਸੇ ਇੱਕ ਗੱਲ ਆ ਬਾਬਿਓ ਜਿਹੜੇ ਬੰਦੇ ਆਪਣੇ ਬਲੌਗ ਦਿੰਦੇ ਚਾਹੇ ਆਊਟ ਆਫ ਕੰਟਰੀ ਰਹਿੰਦੇ ਆ ਕੈਨੇਡਾ ਤੋਂ ਬਾਹਰ ਪਰ ਆਪਾਂ ਵੀ ਇਕੱਲੀ ਇਕੱਲੀ ਗੱਲ ਕੈਨੇਡਾ ਦੇ ਬਾਰੇ ਐਕਸਪਲੋਰ ਕਰਦੇ ਆ ਸਾਨੂੰ ਇਕੱਲੀਆਂ ਇਕੱਲੀਆਂ ਚੀਜ਼ਾਂ ਸਾਨੂੰ ਦਿਖਾਉਣੇ ਹਨ ਆ ਜਾ ਬਾਈ ਆ ਜਾ ਇਹੀ ਚੀਜ਼ਾਂ ਰਿਸਪੈਕਟ ਆ ਬਾਈ ਨੇ ਹੱਥ ਖੜਾ ਕੀਤਾ ਪੰਜਾਬੀ ਮੁੰਡਾ ਹੀ ਆਪਣਾ ਮੈਂ ਕਿਹਾ ਕੋਈ ਗੱਲ ਨਹੀਂ ਬਾਈ ਤੂੰ ਪਹਿਲਾਂ ਆ ਜਾ ਇਹ ਛੋਟੀਆਂ ਛੋਟੀਆਂ ਚੀਜ਼ਾਂ ਯਾਰ ਕਹਿ ਲਓ ਵੀ ਦੇਸ਼ ਨੂੰ ਖੂਬਸੂਰਤ ਬਣਾਉਂਦੀਆਂ ਜਾਂ ਬੰਦੇ ਨੂੰ ਹਨਾ ਰਿਸਪੋਂਸੀਬਲ ਬਣਾਉਂਦੀਆਂ ਚਲੋ ਇਹ ਗੱਲ ਬਾਅਦ 'ਚ ਕਰਦੇ ਆ ਸਾਹਮਣੇ ਜਿਹੜੇ ਪੈਪ ਜੇ ਪਏ ਨਾ ਲੰਮੇ ਇਹ ਹੈਗੇ ਵੀ ਕਣਕ ਦੇ ਜਿਹੜੇ ਰਾਹ ਦੇ ਵਿੱਚ ਮੈਂ ਵੱਡੇ ਵੱਡੇ ਢੋਲ ਤੁਹਾਨੂੰ ਦਿਖਾਉਣਾ ਹੁੰਦਾ ਨਾ ਇਹ ਉਹਨਾਂ ਦੇ ਵਿੱਚ ਕਣਕ ਪਾਉਣ ਨੂੰ ਆ ਜਿਹੜਾ ਆਹਾ ਪੁਆਇੰਟ ਆ ਜਿਵੇਂ ਆਪਾਂ ਕਹਿ ਲਈਏ ਆਪਣੇ ਮਸ਼ੀਨ ਦਾ ਕਹਿ ਦਿੰਦੇ ਹਾਂ ਕਣਕ ਵੱਢਣ ਵਾਲੀ ਜਾਂ ਓਗਰ ਕਹਿ ਦਿੰਦੇ ਹਾਂ ਸਾਡੇ ਏਰੀਏ ਦੇ ਵਿੱਚ ਜਿਹੜਾ ਕਣਕ ਪਾਉਂਦਾ ਟਰਾਲੀ ਦੇ ਵਿੱਚ ਹਨਾ ਇੱਧਰੋਂ ਉਵੇਂ ਆ ਇੱਧਰਲੇ ਪਾਸਿਓਂ ਇਹ 2x3x3 ਫੁੱਟ ਦਾ ਵੱਡਾ ਹਨਾ ਚੌੜਾ ਜਗਾੜ ਬਣਾਇਆ ਹੁੰਦਾ ਹਨਾ ਜਿਹੜੇ ਵੀ ਲੈ ਕੇ ਆਉਂਦੇ ਆ ਕਣਕ ਟਰੱਕਾਂ ਦੇ ਵਿੱਚ ਉਹ ਇਹਦੇ ਵਿੱਚ ਖੋਲ੍ਹ ਦਿੰਦੇ ਇੱਥੋਂ ਬਰਮਾ ਚੱਲਦਾ ਬਰਮਾ ਘੁੰਮ ਘੁੰਮ ਕੇ ਨਾ ਜਿਹੜੇ ਵੱਡੇ ਵੱਡੇ ਢੋਲ ਆ ਉਹਨਾਂ ਦੇ ਵਿੱਚ ਬਈ ਕਣਕ ਪੈਂਦੀ ਆ ਇਹਨਾਂ ਬਰਮਿਆਂ ਦੇ ਨਾਲ ਜਿਹੜੇ ਰਾਹ ਦੇ ਵਿੱਚ ਮੈਂ ਅਕਸਰ ਹੀ ਤੁਹਾਨੂੰ ਦਿਖਾਉਣਾ ਰਹਿੰਦਾ ਕਿ ਕਿੱਦਾਂ ਕਣਕ ਸਟੋਰ ਕਰਕੇ ਰੱਖਦੇ ਆ ਹਨਾ ਜਿਹੜੀ ਸਕੈਚ 1 ਹੋ ਗਈ ਇਹ ਮੇਨ ਕਣਕ ਦਾ ਕਿਉਂਕਿ ਜਿਹੜਾ ਮੇਨ ਲੋਗੋ ਹੈਗਾ ਨਾ ਸਕੈਚ 1 ਦਾ ਕੱਢ ਕੇ ਦੇਖਿਓ ਨਾਲ ਕਣਕ ਦੀ ਬੱਲੀ ਬਣਾਈ ਆ ਕਾਰਨ ਉਹਦਾ ਕੀ ਆ ਕਿ ਸਭ ਤੋਂ ਵੱਧ ਕੈਨੇਡਾ ਦੇ ਵਿੱਚ ਮੈਨੂੰ ਲੱਗਦਾ ਵੀ ਸਕੈਚ 1 ਦੇ ਵਿੱਚ ਹੀ ਕਣਕ ਹੁੰਦੀ ਆ
ਜਿਵੇਂ ਆਪਾਂ ਕਹੀਏ ਪੰਜਾਬ ਦੇ ਵਿੱਚ ਆਪਣਾ ਖੇਤੀ ਪ੍ਰਧਾਨ ਸੂਬਾ ਕਹਿ ਲਓ, ਇੱਧਰੋਂ ਸਕੈਚਮਨ ਕਹਿ ਲਓ, ਹੈ ਨਾ ਇਹਦੇ ਵਿੱਚ। ਅਤੇ ਤਾਂ ਕਰਕੇ ਕਣਕ ਦੀ ਬੱਲੀ ਨਾਲ ਦਿੱਤੀ ਵੀ ਹੈਗੀ ਆ। ਅਤੇ ਬਾਕੀ ਰਾਹ ਦੇ ਵਿੱਚ ਤੁਹਾਨੂੰ ਆਮ ਹੀ ਇੱਥੇ ਮਸ਼ੀਨਾਂ, ਟਰੈਕਟਰ, ਟਰੱਕਾਂ ਦੇ ਉੱਤੇ ਲੱਦੇ ਵੀ ਤੁਹਾਨੂੰ ਦੇ ਜਾਣਗੇ, ਹੈ ਨਾ। ਕਿਉਂਕਿ ਜਿਵੇਂ ਆਪਾਂ ਕਹਿੰਦੇ ਖੇਤੀਬਾੜੀ ਦਾ ਸਾਰਾ ਏਰੀਆ ਹੈਗਾ, ਤਾਂ ਕਰਕੇ ਫਿਰ ਖੇਤੀਬਾੜੀ ਦੀ ਸੰਦ ਤੁਹਾਨੂੰ ਰਾਹ ਦੇ ਵਿੱਚ ਮਿਲਦੇ ਆ। ਅਤੇ ਜੇ ਰਾਹ 'ਚ ਆਪਾਂ ਨੂੰ ਕਿਤੇ ਮਿਲਿਆ ਤਾਂ ਤੁਹਾਨੂੰ ਦਿਖਾ ਦਾਂਗੇ। ਅਤੇ ਸੂਰਜ ਦੇਵਤਾ ਵੀ ਯਾਰ, ਟਾਈਮ ਤਾਂ ਹਜੇ 7 ਵਜੇ ਅਤੇ ਕਾਫੀ ਦਿਨ ਵੱਡਾ ਹੋ ਜਾਂਦਾ, ਹੈ ਨਾ, ਇਸ ਵੇਲੇ ਲੱਗਦਾ ਹੈਗਾ ਵੀ ਬਾਹਲਾ ਵੱਡਾ ਦਿਨ ਹੋ ਗਿਆ। ਅਤੇ ਚਲੋ ਕਰਦੇ ਹਾਂ ਖਿੱਚ ਕੇ ਡਿਲੀਵਰੀ, ਅਤੇ ਚੱਲਦੀ ਚੱਲਦੀ ਵੀਡੀਓ ਦਿਓ ਬਾਈ, ਚੈਨਲ ਨੂੰ ਕਰ ਲਓ ਬਾਬੇ ਸਬਸਕ੍ਰਾਈਬ ਆਪਣੇ। ਹਾਂਜੀ ਬਾਬੇ, ਉਹ ਜਿਹੜੀ ਮੈਂ ਗੱਲ ਕਰਦਾ ਸੀ ਨਾ ਕਿ ਕਣਕ ਕਿਹੜੇ ਢੋਲਾਂ 'ਚ ਪਾਉਂਦੇ ਆ, ਆਹ ਢੋਲਾਂ ਦੀ ਬਾਈ ਗੱਲ ਕਰਦਾ ਸੀਗਾ। ਇਹ ਤੁਹਾਨੂੰ ਫਾਰਮਾਂ ਦੇ ਵਿੱਚ ਥਾਂ ਥਾਂ ਤੁਹਾਨੂੰ ਦੇਖਣ ਨੂੰ ਇਹ ਮਿਲ ਜਾਣੇ ਆ, ਜਿਹੜੀ ਕਣਕ ਪਾਉਂਦੇ ਆ ਇਹਨਾਂ ਢੋਲਾਂ ਦੇ ਵਿੱਚ, ਇਹ ਬਰਮੇ ਦੇ ਨਾਲ ਪਾਉਂਦੇ ਆ। ਅੱਜ ਵੀ ਟ੍ਰੇਨ ਬਾਈ ਥੋੜ੍ਹੇ ਫਰਕ ਨਾਲ ਹੀ ਆ ਗਈ, ਮਿੰਟਾਂ ਸਾਰਾ 20 ਸਕਿੰਟਾਂ ਦਾ ਫਰਕ ਪੈ ਗਿਆ। ਪਰ ਚਲੋ ਕੋਈ ਗੱਲ ਨਹੀਂ, ਬਾਹਲੀ ਵੱਡੀ ਟ੍ਰੇਨ ਨਹੀਂ ਹੈਗੀ, ਅਤੇ ਲੰਘ ਜਾਣੀ ਆ। ਕੋਈ ਫਾਟਕ ਨਹੀਂ ਲੱਗਿਆ, ਕੋਈ ਲਹਿਣਾ ਨਹੀਂ ਦੇਣਾ ਨਹੀਂ, ਕੋਈ ਬੰਦਾ ਨਹੀਂ ਹੈਗਾ, ਅਤੇ ਆਪਾਂ ਇੱਦਾਂ ਹੀ ਬ੍ਰੇਕ ਮਾਰ ਲੈਣੇ, ਇਕੱਲੀਆਂ ਲਾਈਟਾਂ ਲੱਗੀਆਂ ਹੋਈਆਂ। ਲੰਘ ਜਾ ਭਾਈ, ਲੰਘ ਜਾ, ਬਾਹਲੀ ਵੱਡੀ ਹੈੜੀ ਸੀ, ਕਣਕ ਵਾਲੀ ਆ, ਕਣਕ ਲੈ ਕੇ ਆਈ ਆ। ਉਹ ਸਾਹਮਣੇ ਨਾ ਮਿੱਲ ਲੱਗੀ ਹੋਈ ਆ, ਆਹ ਸੱਜੇ ਪਾਸੇ ਲਾਈਟਾਂ ਜਾਗਦੀਆਂ ਨਾ, ਮਿੰਟੋ ਮਿੰਟ ਹੀ ਬੰਦ ਹੋ ਜਾਂਦਾ। ਹੋ ਜਾਓ ਭਾਈ ਬੰਦ, ਕਿਉਂ ਇੰਨੇ ਹੀ ਕੰਮ ਆ ਸਾਰਾ, ਆਪਣੇ ਬੰਦੇ ਰੁਕਦੇ ਨਹੀਂ ਹੈਗੇ ਫਾਟਕਾਂ ਦੇ, ਤਾਂ ਕਰਕੇ ਵਿਚਾਰਿਆਂ ਨੂੰ, ਉਹਨਾਂ ਨੂੰ ਵੀ 15-15 ਮਿੰਟ ਪਹਿਲੇ ਫਾਟਕ ਛੱਡਣੇ ਪੈਂਦੇ ਆ। ਇੱਥੇ ਨਾਲ ਦੀ ਨਾਲ ਟ੍ਰੇਨ ਆਈ, ਨਾਲ ਦੀ ਨਾਲ ਲਾਈਟਾਂ ਜਗੀਆਂ, ਨਾਲ ਦੀ ਨਾਲ ਲਾਈਟਾਂ ਬੰਦ ਹੋ ਗਈਆਂ, ਲੰਘ ਵੀ ਗਈ ਟ੍ਰੇਨ। ਲਓ ਵੀ ਜਿੱਦਾਂ ਮੈਂ ਤੁਹਾਨੂੰ ਕਹਿੰਦਾ ਸੀਗਾ ਕਿ ਸਾਰਾ ਏਰੀਆ ਯਾਰ ਇੱਧਰ ਕਣਕ ਬਹੁਤ ਲੱਗਦੀ ਆ। ਆਹ ਦੇਖੋ ਕਿੱਡੇ ਕਿੱਡੇ ਫਾਰਮ ਨਾ, ਆਪਣਾ ਟਰੱਕ ਆ ਖੜਾ ਇੱਧਰ ਸਾਈਡ 'ਤੇ, ਅਤੇ ਇੱਧਰਲੇ ਪਾਸੇ ਜਿੰਨੀ ਲੱਗੀ ਵੀ ਆ ਸਾਰੇ ਕਣਕ ਦੇ ਖੇਤ ਆ। ਜਦੋਂ ਦੇ ਚੱਲੇ ਉਹ ਸਾਹਮਣੇ ਮੈਨੂੰ ਲੱਗਦਾ ਸ਼ਾਇਦ ਆਲੂ ਬੀਜੇ ਪਿਆ, ਅਤੇ ਉੱਚਾ ਨੀਵਾਂ ਜਿਵੇਂ ਵੀ ਫਾਰਮ ਹੈਗਾ ਨਾ, ਇਹਨਾਂ ਨੇ ਆਈਂ ਕਣਕ ਬੀਜ ਦੇਣੀ ਆ। ਕਿਹੜਾ ਪਾਣੀ ਲਾਉਂਦਾ ਇਹਨਾਂ ਨੂੰ ਹੈਗਾ ਕੋਈ ਚੱਕਰ, ਇਹ ਉੱਚਾ ਨੀਵਾਂ ਆਈਂ ਬੀਜ ਦਿੰਦੇ ਆ। ਅਤੇ ਹੁਣ ਕਣਕ ਮੈਨੂੰ ਲੱਗਦਾ ਵੀ ਗੱਠ ਗੱਠ ਡੇਢ ਡੇਢ ਗੱਠ ਹੋਈ ਵੀ ਆ, ਸੱਪ ਸਲੂਟੀ ਵੀ ਨਾ ਲੜ ਜੇ। ਚੱਲ ਤੁਹਾਨੂੰ ਦਿਖਾਈ ਦਿੰਦੇ ਆ ਕੋਲੇ ਜਾ ਕੇ ਕਿੱਡੀ ਕਿੱਡੀ ਕਣਕ ਹੋਈ ਵੀ ਆ। ਆਹ ਦੇਖੋ ਕਣਕ ਬੀਜੀ ਵੀ ਨਾ, ਅਤੇ ਫੁੱਟ ਫੁੱਟ ਦੀ ਕਣਕ ਹੋ ਗਈ ਯਾਰ। ਅਤੇ ਮੈਨੂੰ ਲੱਗਦਾ ਵੀ ਥੋੜ੍ਹੇ ਟਾਈਮ ਤੱਕ ਇਹਨਾਂ ਨੇ ਵਿੱਚ ਦੀ ਕਣਕ ਵੱਡੀ ਵੀ ਹੈਗੀ ਆ, ਕੁਛ ਪਛੇਤੇ ਹੈਗੇ ਆ। ਆਹ ਜਿਵੇਂ ਆਪਣੇ ਕਹਿ ਦਿੰਦੇ ਆ ਸਾਡੇ ਏਰੀਏ 'ਚ ਕਹਿ ਦਿੰਦੇ ਆ ਕਲਰ ਪਿਆ, ਹੈ ਨਾ, ਇਹਨਾਂ ਨੇ ਕੋਈ ਅਸੀਂ ਤਾਂ ਮਾੜੀ ਮੋਟੀ ਸਪਰੇਅ ਕਰਨੀ ਆ, ਹੋਰ ਇਹ ਰੂਹ ਪਾਉਣ ਵਾਲਾ, ਬਾਕੀ ਮੈਨੂੰ ਲੱਗਦਾ ਜੁਗਾੜ ਇਹਨਾਂ ਦਾ ਕੋਈ ਹੈ ਨਹੀਂ ਗਾ। ਅਤੇ ਪਾਣੀ ਜਿੰਨਾ ਕੁ ਮੌਸਮ ਠੰਡਾ ਕਰਕੇ ਜਿੰਨੀ ਕੁ ਹੋਊਗੀ ਬਸ ਹੋਊਗੀ। ਉਹ ਸਾਹਮਣੇ ਮੈਨੂੰ ਲੱਗਦਾ ਸ਼ਾਇਦ ਆਲੂ ਬੀਜੇਗਾ ਪਰਲੇ ਪਾਸੇ, ਉਹ ਇੰਨੀ ਦੂਰ ਤਾਂ ਚਲੋ ਆਪਾਂ ਕਾਹਨੂੰ ਜਾਣਾ, ਆਪਣੀ ਬੁੱਕ ਦਾ ਟਾਈਮ ਵੀ ਖਰਾਬ ਹੋਈ ਜਾਂਦਾ। ਅਤੇ ਚੱਲਦੇ ਆਪਾਂ ਪਰਲੇ ਪਾਸੇ ਵੀ ਬਾਹਣ ਜਿਹੜਾ ਹੈਗਾ, ਉੱਧਰਲੇ ਪਾਸੇ ਵੀ ਸਾਰੀ ਜਿਹੜੀ ਹੈਗੀ ਆ ਕਣਕ ਹੀ ਬੀਜੀ ਵੀ ਆ ਸਾਰਾ ਹੀ। ਜਦੋਂ ਦਾ ਮੈਂ ਤੁਰਿਆ ਆਉਣਾ ਨਾ, ਅਤੇ ਕਣਕ ਦੇ ਖੇਤ ਹੀ ਤੁਰੇ ਆਉਂਦੇ ਆ, ਅਤੇ ਡਰੋਨ ਯਾਰ ਉੱਡਣਾ ਨਹੀਂ ਹੈਗਾ, ਟਰਾਈ ਕਰਕੇ ਦੇਖ ਲੈਂਦੇ, ਜੇ ਉੱਡ ਗਿਆ ਤਾਂ ਮੈਨੂੰ ਲੱਗਦਾ ਨਹੀਂ ਉੱਡੂਗਾ, ਅਤੇ ਟਰਾਈ ਕਰਕੇ ਆਪਾਂ ਦੇਖ ਲੈਂਦੇ।
ਲਓ ਜੀ, ਪਹਿਲੀ ਡਿਲੀਵਰੀ 'ਤੇ ਆਪਾਂ ਪਹੁੰਚ ਗਏ ਜਿਹੜੇ ਸ਼ਹਿਰ ਆਪਣੀ ਡਿਲੀਵਰੀ ਸੀਗੀ, ਅਤੇ ਬੰਦੇ ਹੁਣ ਆ ਗਏ ਹੁਣ, ਕਿਉਂਕਿ ਇਹਨਾਂ ਦਾ ਸਟੋਰ ਹੋਰ ਪਾਸੇ ਆ ਅਤੇ ਵੇਅਰ ਹਾਊਸ ਹੈਗਾ ਬਾਬੇ ਇਹਨਾਂ ਦਾ ਹੋਰ ਪਾਸੇ। ਇੱਕ ਆ ਵੀ ਬਾਈ ਡਿਲੀਵਰੀ ਕਰੀ ਜਾਂਦਾ, ਬਾਕੀ ਹੁਣ ਜਾ ਕੇ ਦੇਖਦੇ ਹਾਂ। ਜੇ ਬੰਦੇ ਆ ਗਏ ਹੋਏ ਤਾਂ ਸਮਾਨ ਇਹਨਾਂ ਦਾ ਬਾਹਲਾ ਹੈਣੀ, ਅਤੇ ਆਪਾਂ ਮਿੰਟੋ ਮਿੰਟ ਹੀ ਲਾਹ ਦੇਣਾ। ਮੁੜ ਕੇ ਇੱਕ ਡਿਲੀਵਰੀ ਆਪਣੀ ਹੋਰ ਹੋਣੀ ਆ, ਉਦੋਂ ਬਾਅਦ ਜਾ ਕੇ ਅੱਜ ਆਪਾਂ ਖੜ੍ਹ ਜਾਣਾ ਵਿਨੀਪੈਗ ਸ਼ਹਿਰ। ਮੁੜ ਕੇ ਕੱਲ੍ਹ ਆਪਣੀਆਂ ਡਿਲੀਵਰੀਆਂ ਹੋਣੀਆਂ, 3-4 ਕੱਲ੍ਹ ਡਿਲੀਵਰੀਆਂ ਹੈਗੀਆਂ, ਅਤੇ ਬਾਕੀ ਦੇਣੇ ਆ ਬੰਦੇ ਆ ਗਏ ਕਿ ਨਹੀਂ ਆ ਗਏ। ਆਹ ਤਾਂ ਲਾਹਾ ਹੀ ਲਿਆ ਗਿਆ, ਜਿੱਥੇ ਮੇਰੀ ਡਿਲੀਵਰੀ ਸੀਗੀ ਨਾ, ਨਾਲ ਹੀ ਸੀਗਾ ਆਪਣਾ AMW। ਆਹ ਮੂਹਰੇ ਕੰਮ ਚੱਲੀ ਜਾਂਦਾ, ਮੈਂ ਤਾਂ ਕਿਹਾ ਬੰਦ ਹੋਊਗਾ, ਅਤੇ ਮੈਂ ਕਿਹਾ ਯਾਰ ਘੁੱਟ ਚਾਹ ਹੀ ਪੀ ਲਈਏ। ਜਦੋਂ ਗਏ ਅੰਦਰ ਉਹ ਕਹਿੰਦੇ ਆ ਜਾ ਬਾਈ ਚਾਹ ਦੇ ਦੇਣੇ, ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ, ਅਤੇ ਟਰੱਕ ਆਪਣਾ ਇੱਧਰ ਲੱਗਿਆ ਵਾ। ਅਤੇ ਤੁਸੀਂ ਵੀ ਕਹਿੰਦੇ ਹੋ ਯਾਰ ਸੜਕਾਂ ਸੁੜਕਾਂ ਤਾਂ ਟੁੱਟੀਆਂ ਪਈਆਂ, ਹੈ ਨਾ, ਇਹ ਬਿਲਕੁਲ ਬਈ ਮੈਂ ਪਿੰਡਾਂ ਵਾਲੇ ਏਰੀਏ ਦੇ ਵਿੱਚ ਆਇਆ ਹੋਇਆ, ਬਿਲਕੁਲ ਜਿਵੇਂ ਆਪਾਂ ਕਹਿ ਲਈਏ ਪਿੰਡਾਂ ਵਾਲਾ ਏਰੀਆ ਹੁੰਦਾ, ਕਿਉਂਕਿ ਸ਼ਹਿਰਾਂ ਦਾ ਅਤੇ ਪਿੰਡਾਂ ਦਾ ਬਈ ਬਹੁਤ ਫਰਕ ਆ। ਕੋਈ ਭੱਜ ਦੌੜ ਨਹੀਂ, ਰਿਲੈਕਸ ਆ, ਸੜਕਾਂ 'ਤੇ ਕੋਈ ਇਕੱਠ ਨਹੀਂ ਹੈਗਾ, ਹੈ ਨਾ। ਆਹ ਛੋਟੇ ਛੋਟੇ ਮੋਟਲ ਜਿਹੜੇ ਵੀ ਫਿਲਮਾਂ 'ਚ ਦੇਣੇ ਹੁੰਦੇ ਆ, ਮੋਟਲ ਕਹਿ ਦਿੰਦੇ, ਇੱਕ ਹੋਟਲ ਹੁੰਦੇ ਇੱਕ ਮੋਟਲ ਹੁੰਦੇ ਆ, ਅਤੇ ਇੱਥੇ ਟਰੱਕ ਲੱਗਦਾ, ਕੋਈ ਭੱਜ ਦੌੜ ਵਾਲੀ ਜ਼ਿੰਦਗੀ ਨਹੀਂ ਹੈਗੀ, ਇੱਥੇ ਰਿਲੈਕਸ ਜਿਹਾ ਹੈਗਾ। ਮੈਂ ਕਿਹਾ ਚੱਲ ਭੱਜ ਕੇ ਚੱਕ ਲਿਆਉਣਾ ਯਾਰ ਚਾਹ। ਸਕੈਚਵਨ ਦੇ ਵਿੱਚ ਨਾ ਬਈ ਥਾਂ ਥਾਂ 'ਤੇ ਨਾ ਸਾਨੂੰ ਇੱਦਾਂ ਦੇ ਸਟੋਪ ਸੈਨ ਮਿਲਦੇ ਆ। ਆਹ ਜਿਹੜੇ ਸੜਕ ਦੇ ਵਿੱਚ ਡੰਡੇ ਵਾਢੇ ਜੇ ਦਿਸਣਗੇ ਨਾ ਸਾਨੂੰ, ਆਹ ਦੇਖੋ ਵਾਢੇ ਦਿੰਦੇ, ਇਹਦੇ ਜਦੋਂ ਟਾਇਰ ਚੜ੍ਹਦੇ ਕਰ ਕਰ ਇੱਦਾਂ ਦੀ ਆਵਾਜ਼ ਕਰਦੇ ਆ ਟਾਇਰ। ਕਈ ਵਾਰ ਬੰਦਾ ਨਾ ਰਵੇਸ ਲਾ ਬੈਠਾ ਹੁੰਦਾ, ਆਹ ਸਟੋਪ ਸੈਨ ਲੱਗਿਆ, ਖੰਭੇ 'ਤੇ ਲੱਗਿਆ ਨਾ ਸਟੋਪ ਸੈਨ। ਇਹ ਸਟੋਪ ਸੈਨ ਦਾ ਮਤਲਬ ਹੈਗਾ ਆਪਾਂ ਨੂੰ ਇਕੱਲਾ ਸਟੋਪ ਆ, ਜਿਹੜੀ ਸੜਕ ਆਪਾਂ ਕੱਟ ਕੇ ਜਾਣੀ ਆ ਇਹਨਾਂ ਨੂੰ ਸਟੋਪ ਸੈਨ ਨਹੀਂ ਹੈਗਾ। ਪਿੱਛੇ ਜੇ ਐਕਸੀਡੈਂਟ ਹੋਇਆ ਸੀ 2018 ਦੇ ਵਿੱਚ, ਸਕੈਚ ਉਹਨਾਂ ਜਿਹੜੇ ਆਪਾਂ ਏਰੀਏ 'ਚ ਫਿਰਦੇ ਨਾ, ਇੱਥੇ ਹੀ ਹੋਇਆ ਸੀਗਾ। ਇੱਦਾਂ ਦੀ ਕੋਈ ਇੰਟਰਸੈਕਸ਼ਨ ਸੀਗਾ ਜਿੱਦਾਂ ਆਪਾਂ ਨੂੰ ਸਟੋਪ ਸੈਨ ਸੀਗਾ, ਅਤੇ ਸਾਹਮਣੇ ਵਾਲੇ ਨੂੰ ਸਟੋਪ ਸੈਨ, ਜਿਹੜੀ ਟੇਢੀ ਸੜਕ ਚੱਲਦੀ ਉਹ ਜਾਣੀ ਜਿੰਨੀ ਸਪੀਡ 'ਤੇ 100 ਦੀ ਹੈਗੀ, ਹੈ ਨਾ, ਉੱਦਾਂ ਹੀ ਜਾ ਸਕਦੇ ਸੀਗੇ। ਆਪਣਾ ਮੁੰਡਾ ਪੰਜਾਬੀ ਸੀਗਾ, ਅਤੇ ਉਹ 100 ਦੀ ਜਿੰਨੇ ਦਾ ਰੋਡ ਸੀ 100 ਦੀ ਸਪੀਡ 'ਤੇ ਹੀ ਆਉਂਦਾ ਸੀਗਾ। ਪਤਾ ਨਹੀਂ ਰੱਬ ਜਾਣੇ ਕਿਵੇਂ ਉਹ ਤੋਂ ਇਹ ਸਟੋਪ ਸੈਨ ਮਿਸ ਹੋ ਗਿਆ। ਉੱਧਰੋਂ 100 ਦੀ ਸਪੀਡ 'ਤੇ ਛੋਟੇ ਬੱਚੇ ਸੀਗੇ, ਆਪਣੇ ਹਾਕੀ ਦੀ ਟੀਮ ਸੀਗੀ, ਉਹ ਆ ਰਹੀ ਸੀ ਬਸ, ਇੱਧਰੋਂ ਮੁੰਡਾ ਆਪਣਾ ਟਰੱਕ ਵਾਲਾ ਜਾ ਰਿਹਾ ਸੀਗਾ, ਜਿੰਨੀ ਸਪੀਡ 'ਤੇ 100 'ਤੇ ਉਹ ਆ ਰਿਹਾ ਸੀ, 100 'ਤੇ ਆਪਣਾ ਟਰੱਕ ਵਾਲਾ ਬਾਈ ਜਾ ਰਿਹਾ ਸੀਗਾ। ਆਸ ਵਿੱਚ ਵੀ ਦੋਨਾਂ ਦਾ ਐਕਸੀਡੈਂਟ ਹੋ ਗਿਆ। ਉਹਦੇ ਵਿੱਚ ਮੈਨੂੰ ਲੱਗਦਾ ਵੀ 11-12 ਦਾ ਮੁੰਡੇ ਮਰ ਗਏ ਸੀਗੇ, ਜਿਹੜੇ ਹਾਕੀ ਖੇਡਣ ਚੱਲੇ ਸੀ, ਵਿੱਚ ਫੱਟੜ ਬਹੁਤ ਹੋਏ ਸੀਗੇ। ਤਾਂ ਉਹਨੂੰ ਪਿੱਛੇ ਜਿਹਾ ਮਹੀਨਾ ਕੁ ਪਹਿਲਾਂ ਵਿਚਾਰੇ ਨੂੰ ਪਹਿਲਾਂ ਤਾਂ ਉਹਨੂੰ ਸਜ਼ਾ ਹੋਈ, ਸਜ਼ਾ ਹੋਣ ਤੋਂ ਬਾਅਦ ਮੁੜ ਕੇ ਉਹਦੇ ਡਿਪੋਰਟ ਲੱਗ ਗਈ, ਮੁੜ ਕੇ ਉਹਨੇ ਫਾਈਟ ਕੀਤਾ, ਹੈ ਨਾ, ਕੇਸ ਵੀ ਮੈਨੂੰ ਡਿਪੋਰਟ ਨਾ ਕੀਤਾ ਜਾਵੇ, ਪਰ ਉਹਨੂੰ ਪਿੱਛੇ ਹੁਣ ਫਾਈਨਲੀ ਕੋਰਟ ਨੇ ਕਹਿ ਦਿੱਤਾ ਵੀ ਤੈਨੂੰ ਡਿਪੋਰਟ ਕੀਤਾ ਜਾਊਗਾ, ਅਤੇ ਉਹਨੂੰ ਹੁਣ ਡਿਪੋਰਟ ਕਰਤਾ ਜਾਂ ਕਰ ਦੇਣਗੇ, ਪਰ ਡਿਪੋਰਟ ਉਹ 'ਤੇ ਲੱਗ ਗਈ ਆ ਵੀ ਡਿਪੋਰਟ ਉਹਨੂੰ ਇੰਡੀਆ, ਆਪਣਾ ਇੰਡੀਆ ਭੇਜਣਗੇ ਹੁਣ ਵਾਪਸ। ਤਾਂ ਇੱਦਾਂ ਦਾ ਸਟੋਪ ਸੈਨ ਸੀਗਾ ਜਿਹੜਾ ਮੈਂ ਤੁਹਾਨੂੰ ਦੱਸਦਾ ਵੀ ਕਰ ਕਰ ਦੀ ਆਵਾਜ਼ ਆਉਂਦੀ ਆ, ਇਹਨਾਂ ਨੇ ਹੁਣ ਜਿੱਥੇ ਸਟੋਪ ਸੈਨ ਆ, ਹੋ ਸਕਦਾ ਵੀ ਉੱਥੇ ਨਹੀਂ ਸੀਗਾ, ਹੈ ਨਾ, ਇੱਦਾਂ ਦਾ, ਕਿਉਂਕਿ ਜਦੋਂ ਟਰੱਕ ਉੱਤੇ ਚੜ੍ਹਦਾ ਨਾ ਉਹਦੇ ਉੱਤੇ ਵਾਢਿਆਂ ਉੱਤੇ ਤਾਂ ਆਵਾਜ਼ ਟਾਇਰ ਬਹੁਤ ਕਰਦੇ ਆ। ਕਈ ਵਾਰ ਬੰਦਾ ਰਵੇਸਲਾ ਬੈਠਾ ਹੁੰਦਾ ਉਹਨੂੰ ਨਹੀਂ ਪਤਾ ਲੱਗਦਾ, ਹੈ ਨਾ, ਵੀ ਸਟੋਪ ਸੈਨ ਆ ਗਿਆ,
ਤਾਂ ਉਹ ਆਵਾਜ਼ ਤੋਂ ਹੀ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਸੜਕ ਤੇ ਸਟੋਪ ਸਾਈਨ ਆਉਣ ਵਾਲਾ ਜਿਹੜੀ ਇੰਨੀ ਆਵਾਜ਼ ਟਾਇਰ ਆ ਨਾ ਕਰ ਕਰ ਦੀ ਆਵਾਜ਼ ਕਰਨ ਵਾਲੇ ਆ ਗਏ ਵਾਢੇ ਆ ਗਏ ਤੇ ਉਹ ਇੱਦਾਂ ਤਾਂ ਮੈਂ ਤੁਹਾਨੂੰ ਦਿਖਾਇਆ ਵੀ ਇੱਦਾਂ ਦੇ ਇਸੇ ਪ੍ਰੋਵਿੰਸ ਦੇ ਵਿੱਚ ਹੀ ਉਹ ਐਕਸੀਡੈਂਟ ਹੋਈ ਸੀ ਇੱਦਾਂ ਦੀ ਸਟੋਪ ਸਾਈਨ ਸੀਗਾ ਜਿੱਦਾਂ ਹੁਣ ਆਪਾਂ ਸਟੋਪ ਲਿਆ ਨਾ ਖੱਬੇ ਸੱਜੇ ਦੇਖਿਆ ਵੀ ਕੋਈ ਚੀਜ਼ ਤਾਂ ਨਹੀਂ ਆਉਂਦੀ ਫਿਰ ਆਪਾਂ ਪਾਸ ਕੀਤਾ ਉਹ ਮੁੰਡੇ ਦਾ ਜਾਣੀ ਧਿਆਨ ਨਹੀਂ ਪਿਆ ਰੱਬ ਜਾਣੇ ਕੀ ਗੱਲ ਬਣੀ ਹੈ ਨਾ ਉਹਨੇ ਜਾਣੀ ਸਟੋਪ ਸਾਈਨ ਨਹੀਂ ਲਿਆ ਉਹਨੇ ਸਿੱਧੇ ਹੀ ਟਰੱਕ ਜਦੋਂ ਰੋਡ ਦੇ ਉੱਤੇ ਗਾਂਹ ਦੇ ਚੜ੍ਹਿਆ ਉੱਧਰੋਂ ਬੱਸ ਆਉਂਦੀ ਸੀ ਅਤੇ ਆਪਸ ਵਿੱਚ ਐਕਸੀਡੈਂਟ ਉਹਨਾਂ ਦਾ ਹੋ ਗਿਆ ਸੀਗਾ ਅਤੇ ਬਾਕੀ ਗਾਂਹ ਇੱਥੇ ਹੋਰ ਕੋਈ ਸਟੋਪ ਸਾਈਨ ਆਉਂਦਾ ਨਾ ਮੈਂ ਦੁਬਾਰਾ ਤੁਹਾਨੂੰ ਫੇਰ ਦਿਖਾਊਂਗਾ ਵੀਡੀਓ ਵਿੱਚ ਫਿਰ ਤੁਹਾਨੂੰ ਪੱਕਾ ਹੀ ਪਤਾ ਲੱਗ ਜੂ ਵੀ ਕਿੱਦਾਂ ਦੇ ਸਟੋਪ ਸਾਈਨ ਹੁੰਦੇ ਆ ਇਹਨਾਂ ਏਰੀਆ ਵਿੱਚ ਬਾਬਾ ਤੁਹਾਨੂੰ ਆਮ ਹੀ ਮਿਲ ਜਾਣਗੇ ਆਹ ਤੇਲ ਵਾਲੇ ਆ ਬਈ ਜਿਹੜੇ ਖੂਹ ਨਹੀਂ ਕਹਿ ਦਿੰਦੇ ਤੇਲ ਵਾਲੇ ਇਹ ਥੱਲੇ ਉਹਨਾਂ ਤੇਲ ਕੱਢਦੇ ਪਏ ਚੁੰਝਾਂ ਜੀਆਂ ਹਿਲਦੀਆਂ ਰਹਿੰਦੀਆਂ ਥੱਲੇ ਅਪ ਐਂਡ ਡਾਊਨ ਹੋਈ ਜਾਂਦੇ ਨਲਕੇ ਵਾਂਗੂ ਘਿੜੀ ਜਾਂਦੇ ਇਹ ਸਾਰਾ ਦਿਨ ਅਤੇ ਕੱਚਾ ਤੇਲ ਨਿਕਲੀ ਜਾਂਦਾ ਅਤੇ ਗਾਂਹ ਦੀ ਗਾਂਹ ਜਾਈ ਜਾਂਦਾ ਬਹੁਤ ਲੱਗਿਆ ਯਾਰ ਖੁੱਲ੍ਹੇ ਖੁੱਲ੍ਹੇ ਥਾਵਾਂ 'ਤੇ ਨਾ ਤੇਲ ਵਾਲੇ ਇਹ ਪ੍ਰੋਜੈਕਟ ਜੇ ਬਹੁਤ ਜ਼ਿਆਦਾ ਲੱਗੇ ਹੋਏ ਨੇ ਲਓ ਬਾਬੇ ਉਹ ਤੁਹਾਨੂੰ ਦਿਖਾ ਦਈਏ ਸਰ੍ਹੋਂ ਦੇ ਖੇਤ ਵੀ ਆ ਇੱਧਰਲੇ ਪਾਸੇ ਦੇਖ ਸਕਦੇ ਜਿਹੜੇ ਖੇਤ ਹੈਗੇ ਨਾ ਇਹ ਸਰ੍ਹੋਂ ਦੇ ਖੇਤ ਆ ਗਏ ਇਸ ਏਰੀਏ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਦੱਸ ਦਿੰਦਾ ਕਣਕ ਲੱਗਦੀ ਆ ਅਤੇ ਸਰ੍ਹੋਂ ਆਹ ਦੇਖੋ ਛੋਟੀ ਛੋਟੀ ਸਰ੍ਹੋਂ ਹੈਗੀ ਆ ਆਹ ਹੁਣ ਆਪਾਂ ਸਰ੍ਹੋਂ ਦੇ ਖੇਤਾਂ ਦੇ ਵਿੱਚ ਪਹੁੰਚ ਗਏ ਹਾਂ ਅਤੇ ਚਾਰ ਚਾਰ ਉਂਗਲਾਂ ਹੋਈ ਵੀ ਆ ਸਰ੍ਹੋਂ ਆਹ ਆ ਸਾਰੀ ਜਿਹੜੀ ਹੈਗੀ ਆ ਸਰ੍ਹੋਂ ਆ ਅਤੇ ਇਹ ਨਾ ਆਪਣੇ ਪਿਛਲੇ ਸਾਲ ਦੀ ਗੱਲ ਆ ਅਲਵਾਟਾ ਦੇ ਵਿੱਚ ਵੀ ਸਰ੍ਹੋਂ ਲੱਗਦੀ ਹੈ ਅਤੇ ਕਣਕ ਬੀਜਦੇ ਆ ਅਤੇ ਬਹੁਤ ਬੰਦੇ ਆਪਣੇ ਪੰਜਾਬੀ ਬੰਦੇ ਨਾ ਸਰ੍ਹੋਂ ਲੱਗੀ ਸੀਗੀ ਹੈ ਨਾ ਅਤੇ ਸਰ੍ਹੋਂ ਤੋੜ ਕੇ ਲੈ ਜਾਂਦੇ ਗੰਦਲਾਂ ਦਾ ਸਾਗ ਬਣਾਉਣ ਦਾ ਕਰਕੇ ਨਾ ਆਪਣੇ ਬੰਦੇ ਤੋੜ ਕੇ ਲੈ ਜਾਂਦੇ ਸੀ ਗੋਰੇ ਨੇ ਫਿਰ ਪੁਲਿਸ ਕਾਲ ਕੀਤੀ ਫਿਰ ਉੱਥੇ ਪੁਲਿਸ ਵਾਲਿਆਂ ਨੇ ਫਿਰ ਐਕਸ਼ਨ ਕੀਤਾ ਉਹਨਾਂ 'ਤੇ ਟਿਕਟਾਂ ਰੂਟਾਂ ਦਿੱਤੀਆਂ ਉਹਨਾਂ ਨੂੰ ਲੋਕੇ ਖੜ੍ਹ ਜਾਂਦੇ ਸੀਗੇ ਕਿ ਵੀ ਜਿਹੜਾ ਵੀ ਸਰ੍ਹੋਂ ਤੋੜਨ ਆਉਂਦਾ ਗੋਰਾ ਸੋਚੇ ਕਹਿੰਦਾ ਯਾਰ ਮੇਰੀ ਫਸਲ ਕਾਹਤੋਂ ਬਰਬਾਦ ਹੋ ਰਹੀ ਆ ਹੈ ਨਾ ਫਿਰ ਉਹਨੂੰ ਬਾਅਦ 'ਚ ਪਤਾ ਲੱਗਿਆ ਵੀ ਐਂ ਲੋਕ ਆਉਂਦੇ ਆ ਤੋੜ ਕੇ ਲੈ ਕੇ ਜਾਂਦੇ ਆ ਵੀ ਇਹਨਾਂ ਦਾ ਪੰਜਾਬੀਆਂ ਦਾ ਫੂਡ ਆ ਹੈ ਨਾ ਅਤੇ ਫਿਰ ਉਹਨੇ ਪੁਲਿਸ ਕੰਪਲੇਂਟ ਕੀਤੀ ਅਤੇ ਕਾਫੀ ਰੌਲਾ ਪਿਆ ਸੀਗਾ ਨੈੱਟਾਂ ਦੇ ਉੱਤੇ ਵੀ ਕਹਿੰਦੇ ਲਵਾਟਾ ਵਾਲਿਆਂ ਨੇ ਬੇਇੱਜ਼ਤੀ ਕਰਾਤੀ ਕਹਿੰਦੇ ਸਰ੍ਹੋਂ ਦਾ ਸਾਗ ਤੋੜ ਲਿਆ ਗੋਰੇ ਦਾ ਅਤੇ ਕਿਹੜਾ ਕੂਕਰ ਦਾ ਵੀ ਰੌਲਾ ਪਿਆ ਸੀ ਉਹ ਫ੍ਰੀ ਕੂਕਰ ਦੇਣਾ ਸੀਗਾ ਉੱਥੇ ਕਹਿੰਦੇ ਤੜਕੇ 4 ਵਜੇ ਜਾ ਕੇ ਲੈਣਾ ਲੱਗ ਗਈਆਂ ਫ੍ਰੀ ਕੂਕਰ ਲੈਣ ਦੇ ਮਾਰੇ ਨੇ ਵਾਹਵਾ ਰੌਲਾ ਪਿਆ ਸੀਗਾ ਉਦੋਂ ਅਤੇ ਮੈਂ ਕਿਹਾ ਚਲੋ ਸਰ੍ਹੋਂ ਦੀ ਗੱਲ ਦੇਖ ਕੇ ਮੈਨੂੰ ਯਾਦ ਆ ਗਈ ਅਤੇ ਬਾਕੀ ਬਾਈ ਜਾਣਕਾਰੀ ਵਧੀਆ ਲੱਗਦੀ ਹੁੰਦੀ ਚੈਨਲ ਕਰ ਲਓ ਸਬਸਕ੍ਰਾਈਬ ਅਤੇ ਆਪਾਂ ਦੇਣੇ ਆ ਡਰੋਨ ਉੱਡ ਗਿਆ ਤਾਂ ਇੱਥੇ ਡਾ ਕੇ ਦਿਖਾਉਣੇ ਆ ਸਾਨੂੰ ਇਹਨਾਂ ਨੂੰ ਕਹਿੰਦੇ ਆ ਬਾਈ ਪ੍ਰੋ ਡਰਾਈਵਰ ਆਹ ਬਾਈ ਲੈ ਕੇ ਆਉਂਦਾ ਕਣਕ ਬੀਜਣ ਵਾਲੀ ਮਸ਼ੀਨ ਅਤੇ ਦੋ ਗੱਡੀਆਂ ਇਹਦੇ ਮੂਹਰੇ ਗਈਆਂ ਅਤੇ ਦੋ ਗੱਡੀਆਂ ਮੈਂ ਇੱਕ ਗੱਡੀ ਤਾਂ ਮੈਂ ਕਹਿੰਦਾ ਪਿੱਛੇ ਹੋਊਗੀ ਹੋਊਗੀ ਅਤੇ ਕਣਕ ਬੀਜਣ ਵਾਲਾ ਪ੍ਰੋਜੈਕਟ ਆ ਦੇਖੋ ਮਾੜਾ ਜਿਹਾ ਕਿੱਡਾ ਵੱਡਾ ਪ੍ਰੋਜੈਕਟ ਆ ਯਾਰ ਪਿੱਛੇ ਆਪਣੇ ਮੂਹਰੇ ਡਰੈਲ ਆ ਅਤੇ ਮਗਰ ਪਿੱਛੇ ਜਿਹੜੀ ਹੈਗੀ ਆ ਬੀਜਾਂ ਵਾਲੀ ਮਸ਼ੀਨ ਆ ਕਿਆ ਬਾਤ ਆ ਬੜਾ ਵੱਡਾ ਪ੍ਰੋਜੈਕਟ ਆ ਵੀ ਆ ਤਾਂ ਸਿਰੇ ਹੀ ਲੱਗਿਆ ਪੈ ਜਾਵੀ ਅਤੇ ਪਿੱਛੇ ਵੀ ਲੈਣ ਆਪਾਂ ਪੂਰਾ ਲੱਗਿਆ ਵਾ
ਵੀ ਡਿਲੀਵਰੀ ਤੇ ਗਏ ਆਪਾਂ ਪਹੁੰਚ ਤੇ ਡੌਗ ਤੇ ਚੈੱਕ ਕਰਦੇ ਆ ਜੇ ਨਾ ਹੋਇਆ ਕੋਈ ਟਰੱਕ ਤੇ ਆਪਣੀ ਆ ਜਾਣੀ ਆ ਬਾਹਰੀ ਤੇ ਨਾਲ ਦੀ ਨਾਲ ਹੀ ਆਪਾਂ ਡਿਲੀਵਰੀ ਕਰਦੇ ਆ। ਲਾਇਓ ਬਾਬੇ ਉਹ ਹੈ ਡੌਗ ਖੱਲ ਵੀ ਪਈ ਇੱਧਰ ਖੱਬੇ ਪਾਸੇ ਡੌਗ ਤੇ ਕਰਦੇ ਆਪਾਂ ਡੌਗ ਦੇ ਉੱਤੇ ਟਰੱਕ ਬਹਿ ਕੇ ਡੋਰਾਂ ਖੋਲੇ ਗਈਆਂ ਮੜ ਗਈਆਂ ਡੋਰਾਂ ਖੋਲ ਕੇ ਕਰਦੇ ਆਪਾਂ ਪੈਰ ਲਓ ਬਾਬੇ ਉਹ ਡਿਲੀਵਰੀ ਵਾਲੀ ਲੋਕੇਸ਼ਨ 'ਤੇ ਗਏ ਆਪਾਂ ਪਹੁੰਚ ਅਤੇ ਬਿਨੀ ਪੈਗ ਇੱਥੋਂ ਰਹਿ ਗਿਆ ਢਾਈ ਕੁ ਘੰਟੇ ਦੀ ਬਾਟ ਰਹਿ ਗਈ ਆਹ ਡਿਲੀਵਰੀ ਕਰਕੇ ਆਪਣੀ ਹੋਰ ਡਿਲੀਵਰੀ ਹੋਣੀ ਨਹੀਂ ਕਿਉਂਕਿ 5 ਵਜੇ ਤੋਂ ਬਾਅਦ ਸਟੋਰ ਹੋ ਜਾਂਦੇ ਆ ਬੰਦ ਅਤੇ ਕਰਦੇ ਹਾਂ ਡੌਗ 'ਤੇ ਟਰੱਕ ਆਪਾਂ ਬੈਗ ਅਤੇ ਮੁੜ ਕੇ ਅੱਧਾ ਕੁ ਘੰਟਾ ਲੱਗਣਾ ਆਪਾਂ ਨੂੰ ਲਾਹੌਰ ਨੂੰ ਅੱਧੇ ਘੰਟੇ 'ਚ ਲੋਡ ਆਪਾਂ ਡਨ ਕਰਕੇ ਮੁੜ ਕੇ ਆਪਾਂ ਚੱਲਦੇ ਹਾਂ ਬਿਨੀ ਪੈਗ ਬਿਨੀ ਪੈਗ ਜਾ ਕੇ ਆਪਾਂ ਕਰਾਂਗੇ ਸਟੇਅ ਅਤੇ ਕੱਲ੍ਹ ਨੂੰ ਆਪਣਾ ਸਾਰਾ ਟ੍ਰੇਲਰ ਖਾਲੀ ਹੋ ਜਾਣਾ ਲੋਡ ਹਜੇ ਕੋਈ ਯਾਰ ਮਿਲਿਆ ਨਹੀਂ ਹੈਗਾ ਬਾਕੀ ਦੇਖਦੇ ਹਾਂ। ਵੀ ਬਾਬੇ ਸੱਜੇ ਪਾਸੇ ਬੋਰਡ ਪਹੁੰਚ ਜਾਓ ਇਹ ਵਾਲੇ ਸ਼ਹਿਰ ਅੱਜ ਆਪਾਂ ਪਹੁੰਚ ਗਏ ਹਾਂ ਅਤੇ ਕੱਲ੍ਹ ਨੂੰ ਕਰਾਂਗੇ ਆਪਾਂ ਇੱਥੇ ਡਿਲੀਵਰੀਆਂ ਅਤੇ ਹੁਣ ਜਾ ਕੇ ਰੋਕਦੇ ਹਾਂ ਪੰਪ ਦੇ ਟਰੱਕ ਅਤੇ ਕੁਛ ਖਾਣੇ ਪੀਣੇ ਆ ਕਿੱਥੇ ਆ ਪੰਪ ਇਹਦੀਆਂ ਬੱਤੀਆਂ ਬੜੀਆਂ ਲੋਕਮੀਆਂ ਜਿਹਾ ਰਹਿ ਜਾਂਦੀਆਂ ਬੱਤੀ ਲਾਲ ਹੋ ਗਈ ਸਿੱਧਾ ਲਿਆ